ਵਾਹਿਗੁਰੂ ਜੀ ਦੀ ਜੋਤ ਤੇ ਜੁਗ ਦੇ ਸਾਈਂ ਸਹਿਬ ਗੁਰਨਾਨਕ ਪਾਤਸ਼ਾਹ ਜੀ ਤਿਨਾਂ ਦੀ ਮਹਾਨ ਮਹਾਨ ਸ਼ਖਸੀਅਤ ਗਏ ਸਿਰ ਚਖਾਉਂਦੇ ਆ ਅਲਮ ਨਾਲ ਗੁਰ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਰ ਨਾਲ ਜੀ ਨੇ ਜੋ ਸਵਾਲ ਕੀਤਾ ਹੈ ਉਹਨਾਂ ਸਵਾਲਾਂ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਤੁਸੀਂ ਜੋਗ মত ਧਾਰਨ ਕਰ ਲੋ ਕਿਉਂਕਿ ਆਪਾਂ ਸਿੱਧਾਂ ਦੀ ਮਨਸ਼ਾ ਪਿੱਛੇ ਦੇਖੀ ਵੀ ਹੈ ਸੁਣੀ ਵੀ ਹੈ ਉਹਨਾਂ ਦਾ ਪੂਰਾ ਜੋਰ ਲੱਗ ਰਿਹਾ ਹੈ ਕਿਸ ਨੇ ਛੋਟੀ ਜੀ ਉਮਰ ਵਾਲੀ ਜਿਹੜੀ ਗਿਆਨ ਦੀ ਦੀ ਵੱਡੀ ਸਮਝ ਵਾਲੀ ਸ਼ਖਸੀਅਤ ਹੈ ਇਹ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਇਹ ਸਾਡੇ ਜੋਗ ਮਸਤ ਦੇ ਵਿੱਚ ਆ ਜਾਏ ਪਰ ਤਨ ਗੁਰਨਾਨਕ ਸੱਚੇ ਪਾਸ਼ਾ ਤਾਂ ਆਕਾਲ ਪੁਰਖ ਵੈਗੁਰ ਦੀ ਜੋਤ ਅਤੇ ਜੁਗਤ ਦੇ ਜਿਹੜੀ ਉਹਨਾਂ ਨੂੰ ਦਾਤ ਮਿਲੀ ਹੈ ਉਹਦਾ ਜਲਾਉ ਨੇ ਉਹਦਾ ਪ੍ਰਗਟਾਣ ਨੇ ਉਹਦਾ ਜਿਹੜਾ ਪਟਹਾ ਉਹਨਾਂ ਦੇ ਬੋਲਣਾ ਚੋਂ ਉਹਨਾਂ ਦੇ ਜੀਵਨ ਚੋਂ ਉਹਨਾਂ ਦੇ ਕਰਨੀ ਨਾਮੇ ਚੋਂ ਪੈਦਾ ਹੋਰੇ ਉਹਤੇ ਇੰਨਾ ਜਿਆਦਾ ਮਹੱਤਵਪੂਰਨ ਹੈ ਕਿ ਉਹਦੀ ਝਾਲ ਜਿਹੜੀ ਹੈ ਦੁਨੀਆਂ ਦਾ ਕੋਈ ਆਮ ਬੰਦਾ ਜਾਂ ਆਪਣੇ ਆਪੇ ਨੂੰ ਵੱਡਾ ਕਹਣ ਵਾਲਾ ਵੀ ਜਿਹੜਾ ਹੈ ਉਹ ਨਹੀਂ ਚੱਲ ਸਕਦਾ ਉਹ ਇਥੇ ਜਦੋਂ ਸੰਗਰਨਾਥ ਜੀ ਇਸ਼ਾਰਾ ਰੱਖਦੇ ਨੇ ਕਿ ਤੁਸੀਂ ਜੋਗ ਮਸਤ ਵਿੱਚ ਆ ਜਾਓ ਤੇ ਗੁੰਧਾਨ ਸੱਚੇ ਪਾਸ਼ੀਂ ਸਿੱਧ ਜੀ ਕਿਹੜੀ ਗੱਲ ਕਰਦੇ ਹੋ ਰਹਿਣ ਜੋਗ ਮਤ ਤਰਨ ਕਰਨਾ ਮਤਲਬ ਕਿ ਪਾਣੀ ਨੂੰ ਰੜਕਣਾ ਇਹਨੇ ਮਹਦੇ ਤੁਸੀਂ ਗੱਲ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਪਾਣੀ ਢੜਕਣ ਵਾਲੀ ਕਿਰਿਆ ਕਰਨ ਤੇ ਪਾਣੀ ਢੜਕੇ ਤਾਂ ਮਿਲਦਾ ਹੀ ਕੁਝ ਨਹੀਂ ਪਾਣੀ ਢੜਕਦੇ ਨਾਲ ਜੋਗੀ ਜੀ ਕੀ ਮਿਲਦਾ ਕੁਝ ਵੀ ਨਹੀਂ ਮਿਲਦਾ ਇਸ ਕਰਕੇ ਇਹ ਤੁਸੀਂ ਪਾਣੀ ਢੜਕਣ ਵਾਲੀ ਜਿਹੜੀ ਗੱਲ ਹੈ ਨਾ ਇਹਦੇ ਨਾਲ ਸਾਡੀ ਕੋਈ ਸਹਿਮਤੀ ਨਹੀਂ ਹੈ ਕਿ ਅਸੀਂ ਪਾਣੀ ਢੜਕਣ ਦੀ ਕਿਰਿਆ ਕਰੀਏ ਫਿਰ ਉਹਨਾਂ ਨੇ ਜਿਹੜਾ ਗੱਲ ਕਰਦੇ ਨੇ ਕਿ ਪੁੱਛਦੇ ਨੇ ਕਿ ਤੁਸੀਂ ਗੱਲ ਦੱਸੋ ਕੀ ਜਿਹੜੀ ਤੁਹਾਡੀ ਐਡੀ ਖੂਬਸੂਰਤ ਅਵਸਥਾ ਬਣੀ ਹੈ ਇਹ ਅਵਸਥਾ ਦੇ ਕੀ ਕਾਰਨ ਨੇ ਤੁਸੀਂ ਮਾਇਆ ਵੀ ਤਿਆਗੀ ਹੋਈ ਹੈ ਤੁਹਾਡੇ ਉਤੇ ਵਿਕਾਰਾਂ ਦਾ ਕਿਸ ਕਾਰਨ ਕਰਕੇ ਅਸਰ ਨਹੀਂ ਪੈਂਦਾ ਇਹ ਕਿ ਕਿਹੜੇ-ਕਿਹੜੇ ਕਾਰਨ ਨੇ ਜਿਹੜੇ ਤੁਸੀਂ ਇਹਨਾਂ ਨੂੰ ਆਪਣੇ ਆਪ ਨੂੰ ਇਹਨਾਂ ਤਾਂ ਲੈ ਕੇ ਗਏ ਹੋ ਤੇ ਗੋਡੇਵ ਜੀ ਨੇ ਕਿਹਾ ਜੋਗੀ ਜੀ ਜਦੋਂ ਗਿਆਨ ਦੇ ਸੱਚ ਦੇ ਰਾਹ ਤੇ ਤੁਰ ਪਈਏ ਆਪਣੇ ਆਪੇ ਦੀ ਪਹਿਚਾਨ ਹੋ ਜਾਏ ਤਾਂ ਫਿਰ ਇਹ ਮਾਇਆ ਬਹੁਤ ਪਿੱਛੇ ਰਹਿ ਜਾਂਦੀ ਹੈ ਤੇ ਮਾਇਆ ਬਹੁਤ ਪਿੱਛੇ ਰਹਿ ਜਾਂਦੀ ਹੈ ਮਾਇਆ ਦਾ ਕੋਈ ਪ੍ਰਭਾਵ ਜਿਹੜਾ ਨਹੀਂ ਪੈਂਦਾ ਮਾਇਆ ਦਾ ਪ੍ਰਭਾਵ ਉਹਦੇ ਤੇ ਪੈਂਦਾ ਜਿਹੜਾ ਸੱਚ ਦੇ ਰਸਤੇ ਤੇ ਅਜੇ ਨਹੀਂ ਚੱਲਿਆ ਸੱਚ ਨੂੰ ਜਿਹਨੇ ਨਹੀਂ ਜਾਣਿਆ ਜੋ ਗਿਆਨ ਦੇ ਰਾਹ ਦਾ ਪੰਦੀ ਨਹੀਂ ਬਣਿਆ ਉਹ ਸੰਸਾਰ ਦੇ ਰੰਗਾਂ ਤਮਾਸ਼ਿਆਂ ਪਦਾਰਥਾਂ ਦੇ ਅਸਰਾਂ ਥੇ ਲਿਜਾਏਗਾ ਇਸ ਕਰਕੇ ਤੇ ਜਿਹੜੀ ਗੱਲ ਹੈ ਕਿ ਜਿਹਨ ਸੱਚ ਪਹਿਚਾਨ ਲਿਆ ਹਕੀਕਤ ਨੂੰ ਜਾਣ ਲਿਆ ਤੇ ਮਾਇਆ ਦਾ ਅਸਰ ਖਤਮ ਜਦੋਂ ਇਸੇ ਸੱਚ ਨੂੰ ਜਾਣ ਲਿਆ ਤਾਂ ਸੱਚ ਜਾਣਨ ਦੇ ਨਾਲ ਕੀ ਹੋਇਆ ਮੌਤ ਦਾ ਡਰ ਵੀ ਚਲਾ ਗਿਆ ਆਹ ਬੰਦੇ ਕੋ ਮੌਤ ਦਾ ਭੈ ਰਹਿੰਦਾ ਹੈ ਤੇ ਮਰਨ ਦੀ ਬੰਦੇ ਅੰਦਰ ਜਿਹੜੀ ਗੱਲ ਹੈ ਉਹ ਬੰਦਾ ਸਵੀਕਾਰ ਨਹੀਂ ਕਰਦਾ ਜਿਸੇ ਕਰਕੇ ਬੰਦਾ ਉਲਝਦਾ ਹੈ ਇਸ ਕਰਕੇ ਸਾਡੇ ਅੰਦਰ ਉਹ ਵੀ ਜਿਹੜਾ ਪੱਖ ਹੈ ਉਹ ਇਸ ਤਰ੍ਹਾਂ ਕਰਕੇ ਜੋਗੀ ਜੀ ਦੂਰ ਹੋ ਗਿਆ ਹੁਣ ਨਹੀਂ ਗੱਲ ਜਿਹੜੇ ਵਕਾਰ ਨੇ ਵਕਾਰ ਵੀ ਉਹਦੇ ਤਾਂ ਹੀ ਜਿੱਤੇ ਜਾਂਦੇ ਨੇ ਜੇ ਗੁਰੂ ਦੀ ਗੱਲ ਬੰਦੇ ਦੀ ਸਮਝ ਵਿੱਚ ਪੈ ਜਾਏ ਗਿਆਨ ਦੇ ਨਾਲ ਬੰਦੇ ਦੀ ਸੁਰਤ ਸ਼ਬਦ ਤੇ ਸੁਰਤ ਉਥੇ ਜੋੜ ਬਣ ਜਾਏ ਤੇ ਉਥੇ ਫਿਰ ਜਿਹੜੇ ਇਹ ਕਾਮ ਅਤੇ ਕ੍ਰਾਸ ਨੇ ਇਹਨਾਂ ਦੇ ਤੁਮੀ ਜਿਹੜਾ ਜੀਵਨ ਦਾ ਮਨੁੱਖੀ ਜ਼ਿੰਦਗੀ ਦਾ ਉਸ ਗਿਆਨਮਈ ਪੱਖ ਹੈ ਉੱਪਰ ਨਿਕਲ ਜਾਂਦਾ ਹੈ ਸੋ ਇਸ ਕਾਰਨ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਪ੍ਰਭਾਵ ਨਾਲ ਸਾਡਾ ਜਿਹੜਾ ਕੋਈ ਜਿਹੜਾ ਉਸ ਬੰਦ ਜਿਹੜਾ ਹੈ ਇਸ ਰੱਬ ਜੀ ਦੀ ਮਿਹਰ ਸਤਕਾਂ ਨਰੰਗਕਾਰ ਜੀ ਦੀ ਕਿਰਪਾ ਦੇ ਸਦਕਾ ਇਸ ਤਰ੍ਹਾਂ ਦੀ ਅਵਸਥਾ ਵਾਹਿਗੁਰੂ ਜੀ ਨੇ ਨਿਰੰਕਾਰ ਜੀ ਨੇ ਬਖਸ਼ਿਸ਼ ਕੀਤੀ ਹੁਣ ਵਾਸਤੇ ਵੀ ਜਿਹੜੀ ਗੱਲਾਂ ਇਹ ਸਿੱਧ ਕਰ ਰਹੇ ਨੇ ਇਸ ਇਨਾ ਦਸ ਵੰਸ ਸਾਡੀ ਜ਼ਿੰਦਗੀ ਨਾਲ ਵੀ ਇਹ ਦੁਨੀਆਂ ਦੇ ਬੰਦੇ ਅਸੀਂ ਆ ਵੇਖੇ ਨਾ ਪਰ ਅਸੀਂ ਵੀ ਮੌਤ ਦੇ ਪੈ ਥੱਲੇ ਕਬਰਾਂਏ ਰਹਿੰਦੇ ਆਏ ਮੌਤ ਨਾ ਜੇ ਮੌਤ ਨਾ ਜੇ ਮੌਤ ਨਾ ਜੇ ਜਾਂ ਮੇਰੇ ਮਨ ਉਤੇ ਮਾਇਆ ਦਾਸਰ ਪੈਂਦੇ ਕਈ ਰੂਪਾਂ ਚ ਪੈਂਦੇ ਕਈ ਟੰਗਾਂ ਨਾਲ ਪੈਂਦੇ ਕਈ ਤਰੀਕਿਆਂ ਨਾਲ ਪੈਂਦੇ ਤੇ ਦੁਨੀਆਂ ਦੇ ਵਕਾਰ ਜਿਹੜੇ ਨੇ ਉਹ ਜਿਹੜੇ ਸਾਡੇ ਅੰਦਰ ਪੰਜ ਬੈਠੇ ਨੇ ਇਹਦੇ ਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਵਕਾਰ ਇਹ ਸਾਨੂੰ ਪ੍ਰਭਾਵ ਨਹੀਂ ਆਮ ਦੁਨੀਆ ਦੇ ਬੰਦੇ ਨੂੰ ਪ੍ਰਭਾਵਿਤ ਕਰਦੇ ਔਰ ਜਿਹੜੀ ਗੱਲ ਉਹ ਜੋਗੀ ਜਦੋਂ ਸਵਾਲ ਕਰ ਰਹੇ ਨੇ ਤੇ ਇਹ ਜਾਣਦੇ ਨੇ ਕਿ ਇਹ ਜਿਹੜੇ ਵਕਾਰ ਨੇ ਇਹ ਜਿਤਨੇ ਕੋਈ ਸੌਖੀ ਜੀ ਖੇਡ ਨਹੀਂ ਹੈ ਇਹ ਸੌਖੀ ਜੀ ਖੇਡ ਨਹੀਂ ਹੈ ਵਾਕਈ ਸੱਚ ਹੈ ਕੋਈ ਬੰਦਾ ਬਾਹਰੋਂ ਤੇ ਕਹਿ ਸਕਦੇ ਕਿ ਨੇ ਤੇ ਕੰਮ ਦਾ ਅਸਰ ਨਹੀਂ ਹੈ ਜਾਂ ਆਪਣੇ ਹੰ ਬੜਾ ਇਸ ਪੱਖ ਤੋਂ ਤਾਂ ਦੀਆਂ ਗੱਲਾਂ ਕਰ ਸਕਦੇ ਪਰ ਕੰਮ ਤਾਂ ਇਹ ਵਿਆਪਦਾਇ ਬਹੁਤ ਆਸਤ ਵਿੱਚ ਇਹ ਦਾ ਅਸਰ ਪੈਂਦਾ ਸਾਧੂ ਸੰਿਆਸੀਓ ਉੱਤੇ ਵੀ ਇਹਦਾ ਅਸਰ ਜਦੋਂ ਕਦੀ ਇਤਿਹਾਸ ਵਿੱਚੋਂ ਪੜਦੇ ਆ ਵੱਡੇ ਵੱਡੇ ਰਿਸ਼ੀਆ ਮਨੀਓ ਉੱਤੇ ਵੀ ਇਹਦਾ ਜਿਹੜਾ ਪ੍ਰਭਾਵ ਹੈ ਉਹ ਪਿਆ ਹੈ ਉਹ ਵੀ ਕਦੇ ਜੀਵਨ ਦੀ ਸਹੀ ਰਸਤੇ ਤੋਂ ਭਟਕਦੇ ਦਿਖਾਈ ਦਿੰਦੇ ਨੇ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਕਰ ਹੈ ਜਿੱਥੇ ਇਹ ਚੀਜ਼ਾਂ ਬਹੁਤ ਸਾਨੂੰ ਸਮਝਾ ਕੇ ਇਹਨਾਂ ਦੇ ਪ੍ਰਭਾਵ ਤੋਂ ਬਚਣ ਦੀਆਂ ਯੁਗਤਾ ਗੁਰਬਾਣੀ ਚ ਦੇ ਕੇ ਸਾਡੇ ਮਨਾਂ ਨੂੰ ਉਸ ਗਿਆਨ ਦੇ ਨਾਲ ਜੋੜ ਕੇ ਗੁਰੂ ਜੀ ਮਹਾਨ ਪਰਉਪਕਾਰ ਕਰਦੇ ਨੇ ਅਸੀਂ ਤੇ ਅਰਦਾਸ ਕਰਦੇ ਹਾਂ ਜਿਵੇਂ ਸੁਖਨੀ ਸਾਹਿਬ ਦਾ ਪਾਠ ਆਪਾਂ ਜਦੋਂ ਕਰਦੇ ਹਾਂ ਤੇ ਜਦੋਂ ਇਹ ਪਤਾ ਉਹ ਸ਼ਲੋਕ ਪੜ੍ਹਦੇ ਹਾਂ ਕਾਮ ਕ੍ਰੋਧ ਤੇਰ ਲੋਭ মোহ ਬਿਨਸ ਜਾਏ ਅਹਮੇ ਨਾਨਕ ਪ੍ਰਭ ਸ਼ਰਣਾਗਤੀ ਕਰ ਪ੍ਰਸਾਦ ਗੁਰਦੇਵ ਅਸੀਂ ਜੋ ਕੁਝ ਲੈਣਾ ਚਾਹਦੇ ਗੁਰਦੇਵ ਦੇ ਪ੍ਰਸਾਦ ਦੇ ਵਾਲਾ ਲੈਣੇ ਕਿਰਪਾ ਦੇ ਵਾਲਾ ਲੈਣੇ ਅਸੀਂ ਉੱਥੇ ਬੁੱਧੀ ਦੀ ਆਪਣੀ لیاقت ਦੀ ਸਮਰੱਥਾ ਨਾਲ ਕਿਸੇ ਤੋਂ ਆਪਣੇ ਆਪ ਨੂੰ ਲਾਗਨ ਕਰਨ ਦੀ ਗੱਲ ਨਹੀਂ ਕਰਦੇ ਅਸੀਂ ਤੇ ਸਮਰਪਣ ਕਰਦੇ ਹਾਂ ਗੁਰਦੇਵ ਦੇ ਅੱਗੇ ਕਿਉਂਕਿ ਗੁਰਦੇਵ ਹੀ ਮਾਂ ਬਣਦੀ ਹੈ ਗੁਰਦੇਵ ਹੀ ਪਿਤਾ ਹੈ ਗੁਰਦੇਵ ਹੀ ਸੁਆਮੀ ਹੈ ਤੇ ਜਦੋਂ ਸ਼ਬਦ ਤੇ ਸੁਰਤ ਦੀ ਸਾਂਝ ਪੈਂਦੀ ਹੈ ਗੁਰੂ ਪਿਤਾ ਜੀ ਕਹਿੰਦੇ ਸਿੱਧ ਜੀ ਤਾਂ ਫਿਰ ਇਹ ਜੜੀਆਂ ਵਕਾਰਕ ਜੜੀਆਂ ਗੱਲਾਂ ਨੇ ਇਹ ਪਿੱਛੇ ਰਹਿ ਜਾਂਦੀਆਂ ਨੇ ਇਹਨਾਂ ਤੋਂ ਜਿਹੜਾ ਹੈ ਸੰਗ ਜਿਹੜਾ ਹੈ ਫਿਰ ਛੁੱਟ ਜਾਂਦਾ ਹੈ ਸੋ ਇਹ ਸੰਗਰਨਾਥ ਜੀ ਤੁਸੀਂ ਜਿੱਥੇ ਖੜੇ ਹੋ ਜਾਂ ਜਿਹੜੇ ਤੁਸੀਂ ਸਵਾਲ ਕਰਕੇ ਪੁੱਛ ਰਹੇ ਹੋ ਇਹ ਸੱਚ ਨੂੰ ਜਾਣਨ ਦਾ ਰਸਤਾ ਜਿਹੜਾ ਸਭ ਤੋਂ ਮਹਾਨ ਰਸਤਾ ਹੈ ਇਸ ਮੌਤ ਨੂੰ ਜਾਣ ਲੈ ਮਹ ਜਹਲੀ ਇਹ ਹੁਕਮ ਦੀ ਖੇਡ ਹੈ ਮੌਤ ਆਉਣੀ ਹੈ ਜਨਮ ਤੇ ਮਰਨ ਦਾ ਖੇਡ ਇਹ ਪਰਮੇਸ਼ਵਰੀ ਹੁਕਮ ਦੀ ਕਿਰਿਆ ਹੈ ਕਿ ਜੇ ਮਰਨਾ ਹੀ ਹੈ ਮੈਂ ਨਿਸ਼ਚਿਤ ਤੌਰ ਤੇ ਯਕੀਨ ਹੋ ਗਿਆ ਕਿ ਮੈਂ ਮਰਨਾ ਹੈ ਪ੍ਰਵੋਧ ਦਾ ਕਾਦਾ ਡਾਰਾ ਉਹ ਜਨਮ ਲੈਣਾ ਇਹ ਹੁਕਮ ਦੀ ਖੇਡ ਹੈ ਮੈਨੂੰ ਉਤੋਂ ਘਰੋਂ ਦੀ ਕੀ ਲੋੜ ਹੈ ਮਰਨਾ ਹੈ ਮਾਲਕ ਦੇ ਹੁਕਮ ਦੀ ਖੇਡ ਹੈ ਸਾਨੂੰ ਰਹਿਣ ਦੀ ਕੀ ਲੋੜ ਹੈ ਸਵੇਤਰਾ ਦੇ ਉੱਤਰ ਦੇ ਕੇ ਸੰਗਰਨਾਥ ਜੀ ਦੇ ਗੁਰਦੇਵ ਜੀ ਨੇ ਉਹਨਾਂ ਦੇ ਤੇ ਬਹੁਤ ਦਰਲਬ ਅਸਰ ਜਿਹੜਾ ਹੈ ਉਹ ਸੰਗਰਨਾਥ ਜੀ ਦੇ ਉੱਤੇ ਜਿਹੜਾ ਹੈ ਉਹ ਪੈਂਦਾ ਤੇ ਉਸ ਤੋਂ ਅੱਗੇ ਕਿਹੜਾ ਜੋਗੀ ਆ ਕੇ ਗੁਰਦੇਵ ਜੀ ਨਾਲ ਬਚਨ ਬਲਾਸ ਸਾਂਝੇ ਕਰੇਗਾ ਉਹ ਗੱਲ ਆਪਾਂ ਅਗਲੇ ਪ੍ਰਾਉ ਹਤੇ ਜਾ ਕੇ ਗੁਰੂ ਜੀ ਦੀ ਕਿਰਪਾ ਨਾਲ ਭਾਗਾਂ ਵਾਲਿਓ ਆਓ ਸਾਂਝੀ ਕਰਾਂਗੇ ਇਥੇ ਇਹਨੀ ਸੇਵਾ ਆਪਣੇ ਕਬੂਲ ਕਰਨ ਦੀ ਕਿਰਪਾਲਤਾ ਕਰਨੀ ਅਦਬ ਨਾਲ ਫਤਿਹ ਬੁਲਾ ਦਿਓ ਭੁੱਲਾਂ ਮਾਫ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ